ਸਤਿ ਸ਼੍ਰੀ ਅਕਾਲ। ਮੈਂ ਬਹੁਤ ਬਹੁਤ ਸਵਾਗਤ ਕਰਦਾ ਆਪਣੇ ਯੂਟਿਊਬ ਚੈਨਲ 'ਤੇ ਤੁਹਾਡੇ ਸਾਰਿਆਂ ਦਾ। ਅਤੇ ਅੱਜ ਹੈਗਾ ਆ ਬਾਰਿਸ਼ ਵਾਲਾ ਮੌਸਮ, ਅਤੇ ਬਾਰਿਸ਼ ਵਾਲੇ ਮੌਸਮ ਦਾ ਤੁਹਾਨੂੰ ਪਤਾ ਕਿਤੇ ਬਾਹਰ ਵਗੈਰਾ ਆਪਾਂ ਜਾ ਨਹੀਂ ਸਕਦੇ, ਕੁਛ ਵੀ ਆਪਾਂ ਮਤਲਬ ਕਰ ਨਹੀਂ ਸਕਦੇ ਬਾਹਰ ਜਾ ਕੇ, ਅਤੇ ਘਰ ਰਹਿ ਕੇ ਵਲੋਗ ਬਣਾਉਣਾ ਪੈਣ ਡਿਆ ਵਾ। ਟਾਈਮ ਹੋਇਆ ਵਾ ਦੁਪਹਿਰ ਦੇ 3:01, ਇੱਕ ਮਿੰਟ ਦੇਖ ਲਈ 3 ਹੀ ਹੋ ਜਾਏ, ਟਾਈਮ ਹੋਇਆ 2:35 ਦੁਪਹਿਰ ਦੇ, ਅਤੇ ਮੈਂ ਵਲੋਗ ਸਟਾਰਟ ਕੀਤਾ। ਮੈਂ ਸੋਚਣਾ ਕਿਸ ਤਰ੍ਹਾਂ ਵਲੋਗ ਸਟਾਰਟ ਕਰਾਂ, ਹੈ ਨਾ, ਕਿਸ ਤਰ੍ਹਾਂ ਬਾਹਰ ਤੋਂ ਮੈਂ ਜਾ ਨਹੀਂ ਸਕਦਾ, ਅਤੇ ਘਰੋਂ ਹੀ ਵਲੋਗ ਸਟਾਰਟ ਕਰਨਾ ਪੈਣਾ ਵਾ। ਅਤੇ ਇੱਕ ਕੰਮ ਹੋਰ ਮਾੜਾ ਹੋ ਗਿਆ ਜੀ, ਮੇਰਾ ਪਾਵਰ ਬੈਂਕ ਗਿਆ ਵਾ ਟੁੱਟ, ਨਹੀਂ ਅਸਲ ਜੈਕਟ ਟੁੱਟਾ ਸੀ ਪਵਾਇਆ, ਅਤੇ ਉਸ ਤੋਂ ਬਾਅਦ ਚੱਲਿਆ ਨਹੀਂ, ਪਤਾ ਨਹੀਂ ਕੀ ਪ੍ਰੋਬਲਮ ਹੋ ਗਈ, ਮੈਂ ਆਪੇ ਹੀ ਤੋੜ ਸਤਾੜ ਦਿੱਤਾ ਉਹਨੂੰ। ਅਤੇ ਹੁਣ ਦੂਜਾ ਜਗਾੜ ਲਾਇਆ ਵਾ, ਆ ਤਾਰ ਲਾ ਕੇ ਇਸ ਤਰ੍ਹਾਂ ਇੱਥੋਂ, ਅਤੇ ਤਾਰ ਜਾਂਦੀ ਇਹਦੇ ਨਾਲ ਕਨੈਕਟ ਕਰਤੀ ਆ, ਬਸ ਹੁਣ ਇਹਦੇ ਲੱਗ ਕੇ ਬਹਿਣਾ ਆਪਾਂ, ਇਹਦੇ ਲੱਗ ਕੇ ਬਹਿ ਕੇ ਫੋਨ ਚਾਰਜ ਹੋਣਾ ਵਾ। ਹੁਣ ਪਾਵਰ ਬੈਂਕ ਵੀ ਨਹੀਂ ਮੈਂ ਲੈਣਾ, ਕੋਈ ਫਾਇਦਾ ਨਹੀਂ ਹੈਗਾ ਪਾਵਰ ਬੈਂਕ ਦਾ, ਨਹੀਂ ਮਤਲਬ ਹੈਗਾ ਆਪਾਂ ਫਾਇਦਾ ਆਈਫੋਨ ਵਾਸਤੇ ਤਾਂ ਹੈ ਨਾ, ਜਿਹਦੇ ਕੋਲ ਆਈਫੋਨ 6, 6S ਜਾਂ 7 ਹੈ ਨਾ, ਹੱਦੋਂ ਉਹਨਾਂ ਨੂੰ ਪਾਵਰ ਬੈਂਕ ਦੀ ਜ਼ਰੂਰਤ ਹੁੰਦੀ ਹੁੰਦੀ ਹੈ, ਕਿਉਂਕਿ ਬੈਟਰੀ ਡੈੱਡ ਹੋਣ ਦਾ ਚਾਂਸ, ਮਤਲਬ ਹੁੰਦਾ ਹੀ ਚਾਂਸ ਬੈਟਰੀ ਡੈੱਡ ਹੋਣੀ ਹੋਣੀ ਹੈ ਨਾ ਫੋਨ ਦੀ। 7+ ਦੀ ਬੈਟਰੀ ਡੈੱਡ ਨਹੀਂ ਹੁੰਦੀ ਛੇਤੀ, ਪਰ 6, 6S ਅਤੇ 7 ਦੀ ਹੋ ਜਾਂਦੀ ਆ। ਸੋ ਕੀ ਕਰ ਸਕਦੇ, ਹੁਣ ਮੈਂ ਪਾਵਰ ਬੈਂਕ ਵੀ ਲੈਣਾ, ਲੈ ਤਾਂ ਮੈਂ ਸਕਦਾ ਪਰ ਮੈਂ ਉੱਦਾਂ ਹੀ ਲੈਣਾ, ਅਤੇ ਹੁਣ ਵੇਖਦੇ ਹਾਂ ਕੀ ਕਰਨਾ ਆ। ਉੱਧਰ ਮੈਂ ਨਹਾਤਾ ਵੀ ਨਹੀਂ, ਮੈਨੂੰ ਬੜੇ ਦਿਨ ਹੋ ਗਏ ਆ, ਇੱਕ ਤਾਂ ਬਾਹਰ ਤੁਹਾਨੂੰ ਪਤਾ 3-4 ਦਿਨ ਤੋਂ ਮੀਂਹ ਦਿਆ ਪੈਣ, ਫਿਰ ਲਾਈਟ ਵੀ, ਲਾਈਟ ਦੀ ਪ੍ਰੋਬਲਮ ਹੈ, ਲਾਈਟ ਆਊਗੀ, ਮੋਟਰ ਚਲਾਵਾਂਗੇ, ਪਾਣੀ ਗਰਮ ਹੋਊਗਾ ਤਾਂ ਫਿਰ ਨਹਾਵਾਂਗੇ, ਸੋ ਇਸ ਕਰਕੇ ਲਾਈਟ ਵੀ ਨਹੀਂ ਦਈ। ਹੁਣ ਕੀ ਕਰ ਸਕਦੇ, ਹੁਣ ਫਿਰ ਹੁਣ ਵੇਖਦੇ ਹਾਂ, ਜੇ ਤਾਂ ਸ਼ਾਮਾਂ ਤੱਕ ਲਾਈਟ ਆ ਜਾਂਦੀ ਹੈ ਫਿਰ ਤਾਂ ਨਹਾ ਧੋ ਲਵਾਂਗੇ, ਨਹੀਂ ਤਾਂ ਬੜੇ ਦਿਨ ਹੋ ਗਏ ਮੈਂ ਨਹਾਤਾ ਨਹੀਂ, ਇੱਧਰ ਮਤਲਬ ਕੰਬਲ ਵਿੱਚ ਵੜੇ ਹਾਂ ਇੱਦਾਂ ਹੀ। ਚਲੋ ਅੱਗੇ ਜੋ ਵੀ ਹੁੰਦਾ ਤੁਸੀਂ ਵੇਖਦੇ ਰਹੋ ਵਲੋਗ ਨੂੰ। ਸ਼ੇਰੂ ਵਿਚਾਰਾ ਵੀ ਤੰਗ ਹੋ ਕੇ ਬੈਠਾ ਹੈ, ਇਹਨੂੰ ਵੀ ਮਤਲਬ ਬਾਹਰ ਲੈ ਕੇ ਤਾਂ ਜਾਣਾ, ਪਰ ਮੀਂਹ ਕਰਕੇ ਇਹਨੂੰ ਵੀ ਨਹੀਂ ਮੈਂ ਲੈ ਕੇ ਜਾ ਪਾਉਣ ਡਿਆ, ਅਤੇ ਮੰਮੀ ਹੋਣੀ ਗਏ ਨੇ ਬਾਹਰ, ਕਿਉਂਕਿ ਹੁਣ ਤਾਂ ਮੈਂ ਮੀਂਹ ਰੁਕਿਆ ਵਾ, ਅਤੇ ਮੰਮੀ ਹੋਣੀ ਬਾਹਰ ਗਏ ਆ, ਬਾਹਰੋਂ ਕੁੰਡੀ ਲਾ ਤੀ ਉਹਨਾਂ ਨੇ, ਮੈਂ ਹੁਣ ਅੰਦਰ ਹੀ ਕਰਾਂ, ਮੈਂ ਇਹਨਾਂ ਭਲਾ ਬਾਹਰ ਹੀ ਹੈ ਕਿ ਕਿੱਧਰ ਨੇ, ਖੁੱਲ੍ਹ ਗਈ ਮਾੜੀ ਜਿਹੀ ਡਾਈ ਹੋਣੀ ਹੈ। ਮੌਸਮ ਹੈ ਹੁਣ ਮੀਂਹ ਵਗੈਰਾ ਤਾਂ ਰੁਕ ਗਿਆ ਵਾ, ਅਤੇ ਮੌਸਮ ਵੇਖੋ ਪੂਰੀ ਮਤਲਬ ਹਵਾ ਚੱਲ ਗਈ ਆ, ਅਤੇ ਹੌਲੀ ਹੌਲੀ ਧੁੰਦ ਵੀ ਡੈ ਵੀ ਪੈਣ। ਅਤੇ ਆਹ ਇੱਧਰ ਪਾਇਆ ਕੱਪੜੇ ਸੁਕਾਉਣ ਵਾਸਤੇ, ਕਿਉਂਕਿ ਯਾਰ ਹੁਣ ਬਾਹਰ ਤਾਂ ਆਪਾਂ ਕਿਤੇ ਪਾ ਨਹੀਂ ਸਕਦੇ ਹੈ ਨਾ, ਤਾਰ ਦੇ ਉੱਪਰ ਇੱਥੇ ਪਾਉਣੇ ਪੈਣੇ ਸੀ, ਹੁਣ ਪਤਾ ਨਹੀਂ ਯਾਰ ਮੌਸਮ ਠੀਕ ਹੋ ਜਾਏ ਨਾ ਫਿਰ ਕੰਮ ਸੈੱਟ ਹੈ। ਅਤੇ ਮਤਲਬ ਸਵੇਰ ਦਾ ਇਸ ਤਰ੍ਹਾਂ ਹੀ ਵੜਿਆ ਵਾਂ, ਕੋਈ ਕੰਮ ਨਹੀਂ, ਕੋਈ ਧੰਦਾ ਨਹੀਂ, ਕੰਬਲ ਵਿੱਚ ਵੜਿਆ ਇਸ ਤਰ੍ਹਾਂ ਹੀ, ਅਤੇ ਭਰਾ ਅਟੈਕ ਕਰਨ ਵਾਸਤੇ ਰੈਡੀ ਹੈ ਜ਼ਰੂਰ, ਇਹਨੂੰ ਬਸ ਕੋਈ ਦੇਖ ਜੇ ਨਾ, ਜਾਂ ਆਪਾਂ ਲੀੜੇ ਵਗੈਰਾ ਪਾਏ ਆ ਜਾਂ ਕਿਸ ਤਰ੍ਹਾਂ ਆਪਾਂ ਤਿਆਰ ਹੋਏ ਹਾਂ, ਅਤੇ ਇਹਨੇ ਉਸ ਵੇਲੇ ਨੂੰ ਪੈਣਾ ਚਾਲੂ ਕਰ ਦੇਣਾ ਵਾ, ਇਹਨੇ ਸਾਡੇ 'ਤੇ ਚੜੀ ਜਾਣਾ ਟੱਪੀ ਜਾਣਾ ਕਿ ਮਤਲਬ ਕਿੱਥੇ ਚੱਲਿਆ ਹੈ ਨਾ, ਕਿੱਥੇ ਚੱਲਿਆ, ਇਹਨੇ ਇਸ ਤਰ੍ਹਾਂ ਹੀ ਕਰੀ ਜਾਣਾ ਬਸ, ਮਤਲਬ ਲੀੜੇ ਨੇ ਸਾਨੂੰ ਨਵੇਂ ਪਾਉਣ ਦੇਣੇ, ਇਹਨੇ ਇਸ ਤਰ੍ਹਾਂ ਕਰਦਾ ਹੈ, ਅਤੇ ਜੇ ਪਾ ਲੈਣੇ ਤਾਂ ਇਹਨੇ ਝੂਕਦੇ ਰਹਿਣਾ ਇਹਨੇ, ਚਲੋ ਛੱਡੋ ਇਹਨੂੰ, ਅਤੇ ਮੈਂ ਪਹਿਲਾਂ ਲੀੜੇ ਪਾਉਣਾ, ਮੈਂ ਸਵੇਰ ਦਾ ਤੁਹਾਨੂੰ ਮੈਂ ਦੱਸਿਆ ਮੈਂ ਇਸ ਤਰ੍ਹਾਂ ਹੀ ਬੈਠਾ, ਅਤੇ ਚੰਗੀ ਤਰ੍ਹਾਂ ਮੂੰਹ ਵਗੈਰਾ ਧੋ ਲਈਏ, ਲੀੜੇ ਪਾ ਕੇ ਅਤੇ ਫਿਰ ਬਾਹਰ ਜਾਂਦੇ ਹਾਂ, ਥੋੜ੍ਹੀ ਬਹੁਤ ਘੁੰਮਦੇ ਹਾਂ, 3 ਦਿਨ ਹੋ ਗਏ ਇਸ ਤਰ੍ਹਾਂ ਅੰਦਰ ਹੀ ਵੜੇ ਹਾਂ, ਫੋਨ ਹੀ ਚਲਾਈ ਜਾਂਦੇ, 3 ਦਿਨ ਹੋ ਗਏ ਮੈਨੂੰ, ਤਾਂ ਫੋਨ ਦੇ 'ਚ ਕੀ ਕਰੀਏ ਹੈ ਨਾ, ਕੁਛ ਕਰਨ ਵਾਲਾ ਹੋਏ, ਕੁਛ ਕ੍ਰੀਏਟਿਵ ਹੈ ਨਾ, ਕੁਛ ਕਰਨ ਵਾਲਾ, ਫਿਰ ਤਾਂ ਫੋਨ ਦੇ 'ਚ ਬੰਦਾ ਕਰੇ, ਅਸੀਂ ਵੀਡੀਓ ਵੇਖੀ ਜਾਣੀ ਇੰਸਟਾਗ੍ਰਾਮ 'ਤੇ, ਯੂਟਿਊਬ 'ਤੇ, ਮਾਇੰਡ ਹਿੱਲ ਗਿਆ, ਮੈਂ ਪਹਿਲਾਂ ਹੋ ਗਿਆ ਤਿਆਰ, ਜਿੱਧਰ ਆਪਾਂ ਲਾਈਆਂ ਨੇ ਸਬਜ਼ੀਆਂ, ਇੱਧਰ ਮੀਂਹ ਦੇ ਨਾਲ ਵੇਖੋ ਕੀ ਹਾਲ ਬਣਿਆ ਵਾ, ਇਕਦਮ ਤਿਲਕਣ ਹੋਈ ਪਈ ਜ਼ਮੀਨ ਦੇ ਉੱਤੇ, ਮਿੱਟੀ ਦੇ ਉੱਪਰ ਮਤਲਬ ਜ਼ਮੀਨ ਦੇ ਉੱਤੇ ਕਹਿਣ, ਮੀਂਹ ਉੱਦਾਂ ਇੰਨਾ ਜ਼ਿਆਦਾ ਤਾਂ ਨਹੀਂ ਪਿਆ, ਪਿਆ ਤਾਂ ਥੋੜ੍ਹਾ ਥੋੜ੍ਹਾ ਹੀ ਆ, ਪਰ ਥੋੜ੍ਹਾ ਥੋੜ੍ਹਾ ਕਰਕੇ ਬੜਾ ਸਾਰਾ ਪੈ ਹੀ ਗਿਆ ਵੈਸੇ ਤਾਂ, ਪਰ ਮਤਲਬ ਅਚਾਨਕ ਇੰਨੀ ਤੇਜ਼ ਨਹੀਂ ਆਇਆ, ਨਿੱਕੀਆਂ ਨਿੱਕੀਆਂ ਬੂੰਦਾਂ ਥੋੜ੍ਹਾ ਥੋੜ੍ਹਾ ਮਤਲਬ ਬੂੰਦਾਬਾਰੀ ਹੁੰਦੀ ਰਹੀ ਆ, ਅਤੇ ਮਾੜੀ ਮਾੜੀ ਬੂੰਦਾਂ ਦੇ ਨਾਲ ਹੀ ਭਰ ਗਿਆ ਸਾਰਾ ਕੁਛ, 1:15 ਹੋਇਆ ਤਾਂ ਮੈਂ ਸ਼ੇਰੂ ਨੂੰ ਘੁਮਾ ਕੇ ਲਿਆ ਹੁਣੇ ਬਾਹਰੋਂ, ਅਤੇ ਮੈਂ ਉੱਤੇ ਚਾੜ੍ਹਤਾ ਕੋਠੇ, ਅਤੇ ਕੋਠੇ ਤੋਂ ਪਹਿਲਾਂ ਮੈਨੂੰ ਥੱਲੇ ਲਾਉਣਾ ਵਾ, ਵੇਖਣਾ ਮੂੰਹ ਚੁੱਕ ਕੇ, ਠੰਡ ਬੜੀ ਇਸ ਕਰਕੇ, ਠੰਡ ਕਰਕੇ ਯਾਰ ਬਾਹਰ ਨਹੀਂ ਆ ਸਕਦੇ, ਉਸ ਤਰ੍ਹਾਂ ਜੀ ਤਾਂ ਕਰਦਾ ਪਰ ਜਦੋਂ ਕੰਬਲ ਵਿੱਚ ਨਿੱਘੇ ਹੋਈਏ ਜਦੋਂ ਹੈ ਨਾ, ਨਿੱਘੇ ਹੋਈ ਜਦੋਂ ਆਪਾਂ ਕੰਬਲ ਦੇ ਵਿੱਚ, ਅਤੇ ਫਿਰ ਅਚਾਨਕ ਹੈ ਨਾ ਉੱਠੋ ਤਾਂ ਬਿਲਕੁਲ ਮਤਲਬ ਠੰਡ ਲੱਗਦੀ ਹੈ ਅਚਾਨਕ, ਬਾਹਰ ਮੈਂ ਘੁੰਮਣ ਫਿਰਨ ਦੀ ਦਿਲ ਵੀ ਕਰਦਾ ਪਰ ਠੰਡ ਕਰਕੇ ਮਨ ਜਾ ਨਹੀਂ ਕਰਦਾ ਕੰਬਲ ਵਿੱਚ ਉੱਠਣ ਦਾ, ਉੱਠ ਕੇ ਫਿਰ ਸੋ ਸਿਆਪੇ ਹੁੰਦੇ, ਹਵਾ ਬਹੁਤੀ ਅੱਤ ਕਰਾਈ ਹਵਾ ਨੇ ਵੀ, ਲੱਗਦਾ ਨਹੀਂ ਹੈ ਕੁਛ ਵੀ
ਆ ਦੱਸਿਆ ਮੀਂਹ ਹਜੇ 2 ਦਿਨ ਹੋਰ ਹੈਗਾ, ਮੀਂਹ 2-3 ਦਿਨ ਹੈਗਾ ਹਜੇ, ਅਤੇ ਪੈਂਦਾ ਰਹੂਗਾ ਯਾਰ, ਅਸੀਂ ਫਿਰ ਬੈਠੇ ਰਹਾਂਗੇ ਇਸ ਤਰ੍ਹਾਂ ਹੀ। ਅਤੇ ਨੈਕਸਟ ਵਲੋਗ ਯਾਰ ਇੱਕ Q&A ਵਾਲਾ ਵਲੋਗ ਹੋਣ ਵਾਲਾ ਆ, ਸੋ ਇੰਸਟਾਗ੍ਰਾਮ ਦੀ ID ਜੇ ਤੂੰ ਫੋਲੋ ਨਹੀਂ ਕੀਤਾ ਡਿਸਕ੍ਰਿਪਸ਼ਨ ਲਿੰਕ ਹੈਗਾ, ਜਾ ਕੇ ਫਟਾਫਟ ਫੋਲੋ ਕਰੋ। ਅਤੇ Q&A ਮੈਂ ਸਟੋਰੀ ਪਾਊਂਗਾ, ਉਹਦੇ 'ਚ ਮੇਰੇ ਕੋਲ ਕੋਈ ਵੀ ਸਵਾਲ ਵਗੈਰਾ ਪੁੱਛਣਾ ਹੋਵੇ ਤਾਂ ਪੁੱਛ ਸਕਦੇ ਹੋ, ਅਤੇ ਮੈਂ ਫਿਰ ਆਪਣੇ ਚੈਨਲ ਦੇ ਉੱਤੇ ਵੀਡੀਓ ਬਣਾ ਕੇ ਉਹਨਾਂ ਦਾ ਆਂਸਰ ਕਰਾਂਗਾ। ਸੋ ਕੋਈ ਵੀ ਕੁਸ਼ਚਨ ਵਗੈਰਾ ਪੁੱਛਣਾ ਹੋਵੇ ਮੈਨੂੰ ਇੰਸਟਾਗ੍ਰਾਮ 'ਤੇ DM ਵੀ ਕਰ ਸਕਦੇ ਹੋ, ਜਾਂ ਕੁਛ ਮਿਲਾ ਪੁੱਛਣਾ ਕਮੈਂਟ ਵੀ ਕਰ ਸਕਦੇ ਹੋ, DM ਵੀ ਕਰ ਸਕਦੇ ਹੋ। ਜੋ ਵੀ ਤੁਸੀਂ ਸਵਾਲ ਪੁੱਛੋਗੇ ਮੈਂ ਤੁਹਾਨੂੰ ਦੱਸਾਂਗਾ ਜ਼ਰੂਰ ਉਹਨਾਂ ਦੇ ਆਂਸਰ। ਸੋ ਨੈਕਸਟ ਵਲੋਗ ਹੋਣ ਵਾਲਾ Q&A ਵਲੋਗ, ਸੋ ਮਿਲਦੇ ਹਾਂ Q&A ਵਲੋਗ ਦੇ ਵਿੱਚ। ਵਲੋਗ ਨੂੰ ਕਰਦਾ ਐਂਡ, ਵਲੋਗ ਕਿੱਦਾਂ ਲੱਗਾ ਕਮੈਂਟ ਕਰਕੇ ਦੱਸੋ। ਮਿਲਦੇ ਜਲਦੀ ਨੈਕਸਟ ਵਲੋਗ ਦੇ ਵਿੱਚ, ਟਿਲ ਦੈਨ ਟੇਕ ਕੇਅਰ, ਬਾਏ।